ਜਦਾਂ ਨਾਲ ਅੱਖਾਂ ਤੇ ਕਰਾਉਂਦੇ ਸਾਡੇ ਜਿੰਨ ਯਾਰ ਫੇਰ ਕੀ ਹੋ ਜੂ ਫੋਨ ਰਹਿ ਨਹੀਂ ਦੋ ਅਗਲੇ ਮਹੀਨੇ ਚੱਲੇ ਆਂਗੇ ਇੰਡੀਆ ਦੱਸੋ ਬਈ ਜਾਈਏ ਕਿ ਨਾ ਜਾਈਏ ਇੰਡੀਆ ਤੁਸੀਂ ਦੱਸੋ ਹੁਣ 6 ਮਹੀਨੇ ਕੱਟ ਕੇ 3-4 ਮਹੀਨੇ 4 ਕਿ ਮਹੀਨੇ ਹੋ ਗਏ ਆ ਨਾ ਕਿੰਨੇ ਜ਼ਿਆਦਾ ਹੋ ਗਏ ਆਪਾਂ ਨੂੰ ਇਹ 4 ਮਹੀਨੇ ਹੋ ਗਏ ਆ ਦੂਜੇ ਮਹੀਨੇ ਤੇ ਆਏ ਹੋਏ ਆ ਤੇ 8ਵਾਂ ਮਹੀਨਾ ਚੱਲ ਪਿਆ ਹੈ ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਨਾਵ ਹੈਪੀ ਪੁਲਰ ਦੇ ਵਿੱਚ ਆਈ ਨੋ ਕਾਫੀ ਟਾਈਮ ਬਾਅਦ ਆਏ ਮੈਨੂੰ ਲੱਗਦਾ 15-20 ਦਿਨ ਹੋ ਗਏ ਕੋਈ ਵਲੌਗ ਵਲੂਗ ਨਹੀਂ ਬਣਾਇਆ ਨਾ ਹੀ ਕੋਈ ਪਾਇਆ ਪੋਇਆ ਤੇ ਅੱਜ ਜਿਵੇਂ ਹੀ ਛੋਟੀ ਜਿਹੀ ਟ੍ਰੇਲ 'ਤੇ ਚੱਲੇ ਪਹਿਲਾਂ ਮੇਕ ਸ਼ੋਰ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਪਹਿਰਾਵਾ ਬਾਏ ਹੰਮੂ ਗਲੈਮ ਬਾਏ ਨਾਵ ਜਿਨ੍ਹਾਂ ਨੇ ਨਹੀਂ ਫੋਲੋ ਕੀਤਾ ਵੇਚਬੁਝ ਕਰ ਲਓ ਅਤੇ ਪਹਿਰਾਵਾ ਬਾਏ ਹੰਮੂ ਦਾ ਆਪਾਂ ਨਾ ਲੋਗੋ ਜਿਹੜਾ ਉਹ ਅਪਡੇਟ ਅਪਗ੍ਰੇਡ ਜੋ ਵੀ ਕਹਿ ਸਕਦੇ ਹਾਂ ਕਿ ਕਰ ਰਹੇ ਹਾਂ ਜਾਂ ਕਹਿ ਲਓ ਚੇਂਜ ਹੀ ਕਰ ਰਹੇ ਹਾਂ ਸੋ ਪਹਿਲਾਂ ਹੀ ਥੋੜ੍ਹੇ ਥੋੜ੍ਹੇ ਅਪਡੇਟ ਇਹ ਚੀਜ਼ ਦਿੰਦੇ ਰਹੀਏ ਤਾਂ ਕਿ ਤੁਹਾਨੂੰ ਇੱਦਾਂ ਲੱਗੇ ਕਿ ਓਪਰਾ ਪੇਜ ਆ ਰੀਜ਼ਨ ਵੀ ਦੱਸਾਂਗੇ ਉਸ ਚੀਜ਼ ਦੇ ਪਰ ਹਜੇ ਆਪਾਂ ਥੋੜ੍ਹੇ ਕਰ ਲਈਏ ਸੈਟਿੰਗ ਫਿਰ ਦੱਸਦੇ ਹਾਂ ਕਿਉਂ ਕਿੱਦਾਂ ਅਤੇ ਮੇਕ ਸ਼ੋਰ ਸਾਰਿਆਂ ਨੇ ਉਹ ਪੇਜ ਨੂੰ ਫੋਲੋ ਫੋਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਗਲੈਮ ਬਾਏ ਨਾਵ ਨੂੰ ਅਤੇ ਪਹਿਰਾਵਾ ਬਾਏ ਹੰਮੂ ਨੂੰ ਅਤੇ ਇੱਥੇ ਮੈਂ ਕਹਿੰਦਾ ਮੋਲ ਨੂੰ ਮੈਂਸ਼ਨ ਕਰ ਦੂੰਗਾ ਚੱਲੀਏ ਚਲੋ ਆਪਦਾ ਫੋਨ ਇੱਥੇ ਹੀ ਛੱਡ ਚੱਲੀ ਸੀ ਧੀਰੇ ਨੇ ਕਹਿਣਾ ਸੀ ਮੇਰਾ ਫੋਨ ਕਿੱਥੇ ਇਹਨਾਂ ਦਾ ਮੈਨੂੰ ਇਹ ਦੱਸੋ ਕਿ ਕਨੇਡਾ ਦੇ ਵਿੱਚ ਮੈਨੂੰ ਨਹੀਂ ਪਤਾ ਕਨੇਡਾ 'ਚ ਕਿ ਹਰ ਇੱਕ ਜਗ੍ਹਾ 'ਚ ਪਰ ਮੇਰੇ ਨਾਲ ਐਕਸਪੀਰੀਅੰਸ ਕਨੇਡਾ 'ਚ ਹੀ ਹੁੰਦਾ ਬੋਇਆਂ ਬਾਇਆਂ ਨੂੰ ਹੱਥ ਲਾਇਆ ਕਹਿੰਦਾ ਕਹਿੰਦਾ ਦੇ ਕਰੰਟ ਪੈਂਦਾ ਸਾਰਿਆਂ ਨੇ ਦੱਸਿਓ ਜ਼ਰੂਰ ਮੈਨੂੰ ਅਤੇ ਇਹਦਾ ਇਲਾਜ ਇਲੂਜ ਹੈਗਾ ਤਾਂ ਕੋਈ ਦੱਸੋ ਇੱਕ ਚੀਜ਼ ਹੈਗੀ ਜਦੋਂ ਪਾਰਸਲ ਹੁੰਦਾ ਨਾ ਬੰਦਾ ਬਾਹਰ ਰੱਖ ਜਾਂਦਾ ਅਤੇ ਮੈਂ ਕਿਹਾ ਅੱਜ ਬਿਪਤਾ 'ਚ ਪਾਉਂਦੇ ਥੋੜ੍ਹਾ ਜਿਹਾ ਪਾਰਸਲ ਚੱਕ ਕੇ ਗੱਡੀ 'ਚ ਰੱਖ ਲਓ ਕੋਈ ਵੀ ਪਾਰਸਲ ਕੁਰੀਅਰ ਆਉਣਾ ਨਾ ਇਹਨਾਂ ਨੇ ਬਾਹਰ ਬੋਏ ਅੱਗੇ ਰੱਖੇ ਨਾ ਫੋਟੋ ਖਿੱਚ ਕੇ ਬਸ ਆਪਦੀ ਅਪਲੋਡ ਕਰ ਦੇਣੀ ਇੱਥੇ ਕੋਈ ਉਹ ਨੀ ਆ ਕਿ ਭਾਈ ਆ ਪਹਿਲਾਂ ਆਪਾਂ ਨੂੰ ਫੋਨ ਕਰਨ 3600 ਕੀ ਡਿਲੀਵਰੀ ਲੈ ਲਓ ਬਸ ਘਰ ਦੇ ਬੋਏ ਗਏ ਛੱਡ ਜਾਣਾ ਗਾੜੀ ਉਹਨਾਂ ਨੇ ਰੱਖ ਜਾਣਾ ਬਸ ਅੱਗੋਂ ਆਪੇ ਤੁਸੀਂ ਚੱਕ ਲਓ ਤੇ ਅਸੀਂ ਚੱਕ ਗੱਡੀ 'ਚ ਰੱਖ ਲਿਆ ਡਰਾਉਣੇ ਥੋੜ੍ਹਾ ਡਿਲੀਵਰ ਹੋ ਗਿਆ ਵੀ ਕੋਈ ਚੱਕ ਕੇ ਲੈ ਗਿਆ ਲੱਗਦਾ ਕਿਉਂ ਨਾ ਲੱਗਣਾ ਵੀ ਚੱਕ ਕੇ ਲੈ ਗਿਆ ਕਿ ਬਸ ਚਲੋ ਜੀ ਕੰਮ ਨਿਬੜਿਆ ਚੱਲ ਹਰਮਨ ਆਪਦੇ ਦਿਲ ਥਾਮ ਲੈ ਉਹ ਭਲਾ ਬਾਹਰ ਆ ਜਾ ਜਲਦੀ ਜਲਦੀ ਗੱਡੀ ਭਜਾ ਲਓ ਜਾਂ ਉਹ ਕਿਤੇ ਬਾਹਰ ਦਾ ਵੀ ਪਾਰਸਲ ਆਉਣਾ ਸੀ ਅਸੀਂ ਮੈਂ ਵੇਖਣ ਗਿਆ ਲੈ ਅਗਲੀ ਵਾਰੀ ਉਹਨੇ ਚੱਕ ਲੈਣਾ ਫਿਰ ਮੈਂ ਕਿਤੇ ਕਿ ਆਪਣਾ ਨਾਮ ਤਾਂ ਨਹੀਂ ਨਾ ਫਿਰ ਮੈਂ ਉਹ ਦੇਖਾਂਗਾ ਚੱਕਦੇ ਆ ਮੈਂ ਅੱਜ ਚੰਗੀ ਹੋਵੇ ਤਾਂ ਅਗੋਂ ਦੀ ਤਿਆਰ ਚੋਕਲੇਟ ਤੇਰੇ ਤੇ ਅੱਜ ਕਾਫੀ ਟਾਈਮ ਬਾਅਦ ਵਲੌਗ ਅੱਜ ਵੀ ਬਸ ਇੱਕ ਟ੍ਰੇਲ ਤੇ ਚੱਲੇ ਸੀ ਇਹਦੇ ਵਿੱਚ ਪਾਣੀ ਟ੍ਰੇਲਾਂ ਇਦਾਂ ਦੀਆਂ ਚੀਜ਼ਾਂ ਹੀ ਨੇ ਮੋਸਟਲੀ ਘੁੰਮਣ ਨੂੰ ਹਨਾ ਜਿੱਥੇ ਮਰਜ਼ੀ ਚੱਲ ਜਾਓ ਪਾਣੀ ਪੂਣੀ ਹੋਈ ਲਟਰਨ ਪਟਰ ਅੱਜ ਟ੍ਰੇਲ ਤੇ ਚੱਲੇ ਆ ਤੇ ਤੁਹਾਨੂੰ ਦਿਖਾਉਂਦੇ ਆ ਨਾਲ ਨਾਲ ਟ੍ਰੇਲ ਆਪਾਂ ਤੁਹਾਨੂੰ ਘੁਮਾਉਂਦੇ ਆ ਕਿ ਕੀ ਸਿਸਟਮ ਨਹੀਂ ਨਹੀਂ ਮੈਂ ਉਹ ਕੈਮਰਾ ਜਿਹਾ ਸੈੱਟ ਜਿਹਾ ਕਰਦੀ ਸੀ ਕਿੱਥੋਂ ਖਵਾ ਕੇ ਤਾਂ ਮੈਂ ਛੱਡਣੀ ਆ ਖਵਾ ਕੇ ਤਾਂ ਮੈਂ ਛੱਡਣੀ ਆ ਜਦੋਂ ਮਰਜ਼ੀ ਮੰਮੀ ਨੂੰ ਜਮਾ ਨੀ ਪਸੰਦ ਮੰਮੀ ਜਿੱਥੇ ਗਏ ਹੋਏ ਇੱਥੇ ਪਹਿਲਾਂ ਵੀ ਗਏ ਹੋਏ ਆ ਬਲੂ ਬੈਲ ਫਾਊਂਟੇਨ ਵਗੈਰਾ ਸਾਲ ਸਾਲ ਦੋ ਸਾਲ ਪਹਿਲਾਂ ਹੀ ਹੋ ਕੇ ਆ ਚੁੱਕੇ ਆ ਪਰ ਅੱਜ ਮੰਮੀ ਨੂੰ ਏਦਾਂ ਦੀਆਂ ਕਾਫੀ ਥਾਵਾਂ ਨੇ ਮੋਸਟਲੀ ਘੁੰਮਣ ਵਾਲੀਆਂ
ਪਰ ਮੰਮੀ ਨੂੰ ਅਸੀਂ ਇੱਕ ਵਾਲੀ ਥਾਂ 'ਤੇ ਹੀ ਲੈ ਕੇ ਜਾਂਦੇ ਹਾਂ ਅੱਜ, ਤੁਸੀਂ ਵੀ ਇੱਥੇ ਜਾ ਸਕਦੇ ਹਾਂ। ਬਾਕੀ ਸਾਲ ਪਹਿਲਾਂ ਗਏ ਹਾਂ, ਮੇਰੇ ਥੋੜ੍ਹੇ ਥੋੜ੍ਹੇ ਮਾਇੰਡ 'ਚ ਹੈਗੀ ਆ, ਜ਼ਿਆਦਾ ਨਹੀਂ ਹੈਗੀ ਮੇਰੇ, ਜਾ ਕੇ ਦੇਖ ਕੇ ਨਿਕਾਲ ਕੇ। ਹਾਂ, ਕਹਿੰਦੇ ਟ੍ਰੀਨਿਟੀ ਕਾਮਨਸ ਅੱਜ ਕੱਲ੍ਹ ਮੇਨ ਸ਼ੈਡਨ ਤੋਂ ਵੀ ਜ਼ਿਆਦਾ ਹੱਬ ਬਣਿਆ ਪਿਆ, ਗੇੜੀਆਂ ਛੇੜੀਆਂ ਮੁੰਡੇ ਦਾ ਉਹ ਕੋਨਾ ਮਲੱਕਿਆ ਹੁੰਦਾ ਤਾਂ ਪੂਰਾ ਫੜਾ 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 ਕਰਾਉਂਦੇ ਜਦੋਂ ਜਿਹਦੀ। ਕਹਿੰਦੇ ਤੂੰ ਵੀ ਵਿੱਚ ਹੀ ਆਉਂਦਾ ਹੋਏਗਾ, ਪਰ ਆਪਾਂ ਸਾਹੂ ਕਾਕੇ ਆਪਾਂ ਇੰਨਾ 'ਚ ਨਹੀਂ ਆਉਂਦੇ। ਉਹਦੇ ਰੌਣਕ ਮੇਲਾ ਵੇਖਣ ਆ ਰਹੀ ਦਾ ਫੜਾ ਫੜਾ ਤਾਂ ਨਹੀਂ ਕਰਾਇਆ ਮੈਂ। ਖੜੀਆਂ ਹੁੰਦੀਆਂ ਹਰੇਕ ਘਰ ਦੇ ਬਾਹਰ ਵੀ, ਆਹਾ ਘਰ ਦੇ ਬਾਹਰ ਵੀ 5-6 ਗੱਡੀਆਂ ਖੜੀਆਂ ਹੋਈਆਂ, ਖਾਸ ਹੀ ਲੋਕੀ ਰਹਿੰਦੇ ਲੱਗਦਾ ਹੈ। ਮੈਂ ਇਧਰਲੀ ਸਾਈਡ ਆ ਕੇ ਥੋੜਾ ਲੱਗ ਲੱਗ ਗਿਆ ਨਾ ਪੰਜਾਬ 'ਚ ਜੀ ਵੜ ਗਏ ਹੁੰਦੇ ਜਿਵੇਂ, ਪਰ ਵਧੀਆ ਪਰ ਵਧੀਆ ਪੰਜਾਬ 'ਚ, ਮਤਲਬ ਕਿ ਮਾੜਾ ਉਹ ਵੀ ਨਹੀਂ ਹੈ। ਜਿੱਦਾਂ ਥੋੜ੍ਹੀ ਸਾਫ਼ ਸਫਾਈ ਇੱਥੇ ਆਪਾਂ ਖੁਦ ਹੀ ਉੱਥੇ ਹਨਾ, ਕੁਝ ਕੁ ਸਰਕਾਰਾਂ ਦੇ ਹੱਥ, ਕੁਝ ਆਪਾਂ ਖੁਦ ਹੀ ਗੰਦ ਪਾਏ ਹੋਏ ਨੇ ਉੱਥੇ ਆਪਣੇ। ਉਹ ਥੋੜ੍ਹੀ ਕਿ ਤੁਰੇ ਆ ਉਹ ਖੇਤਾਂ 'ਚ ਚਾਰ ਕੁ ਛੱਲੀਆਂ ਤੋੜਦੇ ਨੇ, ਅਗਲਾ ਮੈਂਸ਼ਨ ਕਿਹਾ ਤਾਂ ਪ੍ਰਾਈਵੇਟ ਪ੍ਰੋਪਰਟੀ ਵਾੜੇ 'ਤੇ ਟੰਗਾਂ ਭੰਨਦਾ ਨਾ। ਆ ਗਿਆ ਫਰੈਸ਼ ਓਂਟਾਰੀਓ ਸਵੀਟ ਕੋਰਨ, ਆਹ ਆ ਗਿਆ ਸੀ ਛੱਲੀਆਂ ਛੁੱਲੀਆਂ ਦਾ ਬਾਗ, ਆ ਤੇ ਆਹ ਆ ਗਿਆ ਸੀ ਇਹਦਾ ਪਿਕ ਯੂਅਰ ਓਨ ਐਪਲਸ 200 ਮੀਟਰ। ਵੈਲਕਮ ਟੂ ਤੇਰਾ ਕੋਟਾ, ਇਹੋ ਜਿਹਾ ਹੀ ਲਿਖਿਆ ਸੀ ਕੁਛ, ਤੇਰਾ ਕੋਟਾ ਕੋਟਾ ਹੀ ਉਹਨਾਂ ਦਾ ਪੜ੍ਹਨਾ ਵੀ ਆਇਆ ਕਿ ਨਹੀਂ ਪੜ੍ਹ ਕੇ ਦੱਸਦੇ ਨੇ ਆਪਦੇ ਮੁੰਡਿਆਂ ਦੇ ਤਾਂ ਮਾਲਾ ਸਾਡੀ ਨੂੰ ਯਕੀਨ ਨਹੀਂ ਧੋਣੀ ਹੈਗਾ ਆਸ ਹੀ ਰੱਖੀ ਗਈ ਸਾਡੀ ਕਿ ਸਾਡੀ ਲਾਦ ਹੀ ਗੰਦੀ ਹੈ, ਇਹਨੂੰ ਕੁਛ ਨਹੀਂ ਆਉਂਦਾ ਤੁੱਕੇ ਹੀ ਚੱਲੇ ਨੇ। ਚੱਲ ਤੁੱਕੇ ਤਾਂ ਚੱਲ ਗਏ, ਚੱਲੇ ਤਾਂ ਹੈ ਨਾ। ਏਰੀਏ ਬੜੇ ਸੋਹਣੇ ਜਿਹੇ ਆਉਂਦੇ ਨੇ, ਇੱਕ ਤਾਂ ਜਦੋਂ ਆਪਾਂ ਬ੍ਰੈਂਪਟਨ ਤੋਂ ਬਾਹਰ ਨੂੰ ਨਿਕਲ ਲਈਏ ਸ਼ਾਂਤ ਸ਼ਾਂਤ ਜੇ, ਫਿਲਹਾਲ ਸ਼ਾਂਤੀ ਪਸੰਦ ਨਹੀਂ ਜਿਵੇਂ ਆਪਣੇ ਤਾਂ ਹਰ ਉੱਥੇ ਪਲਾਜ਼ੇ ਦੇ ਵਿੱਚ ਪਹੁੰਚੀਏ ਤੇ ਇਹ ਹੈ ਵੀ ਮੇਰੇ ਹਿਸਾਬ ਨਾਲ ਨਾ ਫ੍ਰੀ ਆ, ਜਿੱਦਾਂ ਉਹ ਇੱਕ ਬੈਲ ਫਾਊਂਟੇਨ ਕਹਿ ਦਿੰਦੇ ਜਿਹਨੂੰ, ਜਿਹੜੀ ਬਹੁਤ ਮਸ਼ਹੂਰ ਆ ਹੈ ਨਾ ਟ੍ਰੇਲ ਦੀ, ਉਹ ਸਾਰੀਆਂ ਪੇੜ ਪੂੜ ਦੇ, ਹੋਰ ਵੀ ਇੱਕ ਦੋ ਹੈਗੀਆਂ ਨੇ ਉਹ ਪੇੜ ਪੂੜ ਦੇ ਕੱਟੇ ਆ, ਸੋ ਫ੍ਰੀ ਆ ਸ਼ਾਇਦ ਸ਼ਾਇਦ ਦੇਖਦੇ ਹਾਂ ਗੱਲ। ਲੈ ਤੂੰ ਪਹਿਲਾਂ ਆਇਆ ਫਲਾਲਾ ਤੇਰੀ।
ਤੇ ਕਹਿੰਦੇ ਮੰਮੀ ਵੀ ਜਵਾਕ ਬਣੀ ਪਈ ਡੋਲਤਾ ਮੰਮੀ ਨੂੰ ਇਹੀ ਬਣ ਗਿਆ ਕਹਿੰਦੀ ਉਹ ਸੇਡ ਡਿੱਗ ਗਿਆ ਮੈਂ ਤੋੜ ਲਓ ਕਹਿੰਦੀ ਆਹ ਸਾਰਾ ਮੈਂ ਪਾਇਆ ਇਹ ਮੈਂ ਵੀ ਨਹੀਂ ਤਾਂ ਆ ਮੈਪ ਹੀ ਆ ਗਏ ਠੀਕ ਆ ਪਿਕਚਰ ਆਫ ਦੀ ਮੈਪ ਕਿੱਥੇ ਰਹੀ ਉਹਦੀ ਫੋਟੋ ਸੇਮ ਲਿਫਾਫੇ ਚ ਪਾ ਕੇ ਸੁੱਟ ਦਿਓ ਇਹ ਵੀ ਸਿਸਟਮ ਆ ਇੱਥੇ ਵਧੀਆ ਹੈ ਵੈਸੇ ਬਹੁਤ ਵਧੀਆ ਕਿ ਜੇ ਕੁੱਤਾ ਬਾਹਰ ਪੋਟੀ ਕਰਦਾ ਹਾਂ ਤੇ ਲਿਫਾਫੇ ਪਏ ਨੇ ਮਤਲਬ ਆਪਣੀ ਸਰਕਾਰ ਵੀ ਮਾੜੀ ਆ ਤੇ ਕੁਛ ਆਪਣੇ ਲੋਕੀ ਵੀ ਮੰਮੀ ਹੁਣ ਕਿੱਦਾਂ ਦਾ ਲੱਗ ਰਿਹਾ ਉਹ ਜਿਹੀ ਥਾਂ ਤੇ ਆ ਕੇ ਜਿੱਥੇ ਸਾਨੂੰ ਆਉਣ ਤੋਂ ਮਨਾ ਕੀਤਾ ਜਾਂਦਾ ਹੁੰਦਾ ਸੀ ਕੁਦਰਤ ਜੰਗਲ ਚ ਤੁਰੇ ਫਿਰਦੇ ਨੇ ਜਵਾਕੋ ਉੱਥੇ ਜਮਾ ਹੀ ਸੁਣਨਾ ਥਾਂ ਉੱਥੇ ਨਾ ਜਾ ਕੇ ਤੁਹਾਨੂੰ ਪੂਰਾ ਡਰ ਨਹੀਂ ਆਉਂਦਾ ਨਾ ਵੀ ਸਾਰੇ ਤੁਰੇ ਫਿਰਦੇ ਹਾਂ ਨਾ ਕੋਈ ਅੱਗੇ ਤੁਹਾਡੇ ਨਾ ਕੋਈ ਪਿੱਛੇ ਨਾ ਲੱਗਦਾ ਵੀ ਨਹੀਂ ਨਾ ਵੇਖਣ ਨੂੰ ਪਿੱਛੇ ਵੇਲਾ ਕੋਈ ਹੈਗਾ ਕਿਉਂ ਨਹੀਂ ਹੈਗਾ ਪਿੱਛੇ ਵੇਖੋ ਗੋਰੇ ਗੋਰੀਆਂ ਤੁਰੇ ਹੁੰਦੇ ਸੰਗਣੀ ਸ਼ਾਮ ਵੇਖ ਕੇ ਇਹਨਾਂ ਨੂੰ ਨਹੀਂ ਕਹਿੰਦੇ ਤੇ ਮੰਜਾ ਡਾਇਆ ਵਿੱਚ ਅਟਕ ਸੌਂ ਜੀ ਸ਼ਾਂਤੀ ਜੀ ਦੇ ਵਿੱਚ ਇੱਥੇ ਕਿਤੇ ਗਰਮੀ ਲੱਗਦੀ ਇਹਦੇ ਦੇਖ ਦੇ ਸੇ ਡਿੱਗੇ ਹੋਏ ਆ ਵਿਆਹ ਸੀ ਗਲਿਆ ਹੋਇਆ ਮੰਮੀ ਗਾੜੀ ਨੀ ਆਉਣ ਡੇ ਡਰਦੇ ਗਈ ਮੈਂ ਨੀ ਇੱਥੇ ਕਿੱਡੀ ਵਧੀਆ ਜਗ੍ਹਾ ਆ ਉਹ ਗਾੜੀ ਉਹ ਭਲਾ ਨਾ ਡਿੱਗਦੀ ਜਿਹੜੇ ਮੰਮੀ ਨੇ ਖਿੱਚਿਆ ਇੱਧਰ ਮਾਰੋ ਥੱਲੇ ਦੀਪ ਨਹੀਂ ਕੁੜੀਏ ਧਿਆਨ ਨਾਲ ਜਾਈ ਨਵੂ ਨਵੂ ਨੂੰ ਲੱਗਦੀ ਕੋਈ ਇੱਥੇ ਤਾਂ ਬੈਠੇ ਸੀਗੇ ਉਦੋਂ ਭਾਂ ਬੈਠੀ ਹਾਂ ਰੇ ਇਹਦਾ ਇਹ ਤਾਂ ਨਹੀਂ ਮਤਲਬ ਦੁਖਾਂ ਦੇ ਕੁੱਤੀ ਨੂੰ ਮਾਰ ਹੈਂ ਦੇ ਦੋ ਉਹਦੇ ਵੀ ਇੱਥੇ ਆਉਣਾ ਪੈਣਾ ਇੱਥੇ ਦਾ ਬਾਹਰ ਮੰਦਾ ਪਾਉਣਾ ਮੰਦਾ ਕੀ ਆ ਜਿਹੜਾ ਅਗਲਾ ਪੁਆਇੰਟ ਇੱਥੇ ਮੰਮੀ ਦੀ ਪੂਰਾ ਖਤਰਾ ਵੇਖੀ ਇੱਥੇ ਮੰਮੀ ਨੇ ਉਤਰਨਾ ਕਿਵੇਂ ਅੱਛਾ ਸ਼ੁਕਰੀਆ ਹੈਗੀ ਆ ਉਤਰਨ ਪਤਾ ਨੀ ਕਿਹੜਾ ਚੀਕਾ ਮਾਰਨ ਲੱਗਾ ਹੋਇਆ ਉਧਰਲੀ ਸਾਈਡ ਦੋ ਤਿੰਨ ਨੇ ਆ ਦਰਖਤਾਂ ਦੀਆਂ ਕਿਵੇਂ ਜੜ੍ਹਾਂ ਫੈਲੀਆਂ ਪਈਆਂ ਸਾਰੀਆਂ ਉੱਥੇ ਕਿੰਨੀਆਂ ਮੋਟੀਆਂ ਮੋਟੀਆਂ ਜਿਵੇਂ ਸੱਪ ਹੁੰਦੇ ਨੇ ਜਿਵੇਂ ਇੱਥੇ ਨਾ ਇੱਕ ਪਹਾੜੀਆਂ ਥੱਲੋਂ ਉਤਰਨ ਨੂੰ ਲੱਗੀ ਹੋਈ ਆ ਉਹ ਵੇਖੋ ਐਰੋ ਬਣਾਇਆ ਨਹੀਂ ਤਾਂ ਕਾਂਟਾ ਵੱਜਾ ਹੋਣਾ ਸੀ
ਜ਼ਰੂਰੀ ਜਾਣਾ ਹੈਪੀ ਇੱਥੇ ਤਾਂ ਕੁਛ ਰਹਿਣ ਦੇ ਭਰਾਵਾ ਮੈਂ ਨਹੀਂ ਜਾਣਾ ਨਹੀਂ ਜਾਣਾ ਕਿੱਧਰ ਦੀ ਉਹ ਜਾਓ ਤਾਂ ਸਹੀ ਇਹ ਠਾਂ ਉਤਰੀ ਆ ਨਾ ਮੈਂ ਨਹੀਂ ਜਾਣਾ ਜੂਣਾ ਉਹ ਮਿਲਣੀ ਆ ਹੀ ਜਾ ਕੇ ਥੱਲੇ ਹਾਂ ਚਲੋ ਪੱਥਰ ਗਾਂ ਦੇ ਚਲੋ ਮੈਂ ਵੀ ਆਉਣਾ ਚਲੋ ਉਹ ਚਲੋ ਜਾਣਾ ਤਾਂ ਪੈਣਾ ਹੀ ਆ ਹੁਣ ਉਹ ਕੁਛ ਨੀ ਹੁੰਦਾ ਇੱਕ ਵਾਰੀ ਚਲੋ ਤਾਂ ਸਹੀ ਕੁਛ ਨੀ ਹੁੰਦਾ ਆਹ ਦੇਖ ਲਾ ਸਿਆਣੀ ਪਿਆਣੀ ਵੀ ਵੜ ਗਈ ਸੀ ਓਹੋ ਐਡੀ ਵਧੀਆ ਦੇਖ ਜਾ ਮਗਰੋਂ ਲੈ ਵਿੱਚੋਂ ਨਿਕਲ ਪਰ ਮੈਨੂੰ ਤਾਂ ਸਾਖ ਢਿੰਦਾ ਹੀ ਮੰਮੀ ਉਹ ਭੋਰਾ ਉਹ ਗੁਫਾ ਜੀ ਚੋਂ ਆਏ ਕਹਿੰਦੇ ਮੇਰਾ ਤਾਂ ਸਾਖ ਢਿੰਦਾ ਮੈਨੂੰ ਖੁੱਲੀ ਜਗ੍ਹਾ ਤੇ ਜਾਣ ਦਿਓ ਤੁਸੀਂ ਜੋ ਮਰਜ਼ੀ ਇੱਥੇ ਕਰਦੇ ਫਿਰ ਆ ਜਾ ਸਿੱਧੋ ਫੋਟੋ ਤਾਂ ਖਿਚਾ ਲਈਏ ਗੁਫਾ ਚ ਆਇਆ ਮੀ ਮੈਂ ਸੱਚੀ ਕਹਿਣ ਡਿਆ ਫੋਟੋ ਖਿਚਾਉਂਦੇ ਉੱਥੇ ਗੁਫਾ ਜੀ ਚ ਉਹ ਸਾਹਮਣੇ ਇੱਕ ਗੋਰਾ ਅੰਕਲ ਆਂਟੀ ਆ ਮੇਰੇ ਕੋ ਆਂਟੀ ਆ ਜਿਹੜੀ ਉਹ ਵੀ ਮੰਮੀ ਵਾਂਗੂ ਡਰਨ ਡਈ ਉਤਰਨ ਤੋਂ ਹਨਾ ਸਟਰਗਲ ਕਰ ਰਹੇ ਨੇ ਉਤਰਨ ਦਾ ਇੱਥੇ ਆ ਕੇ ਇੱਕ ਹੋਰ ਚੀਜ਼ ਨੋਟ ਕੀਤੀ ਆ ਜਿੱਦਾਂ ਹੀ ਆ ਪੱਥਰਾਂ ਦੇ ਵਿੱਚ ਆ ਕੇ ਖੜ ਜਾਈਦਾ ਨਾ ਜਿੱਦਾਂ ਏਸੀ ਦੇ ਅੱਗੇ ਆ ਕੇ ਨਹੀਂ ਬੈਠ ਕੇ ਇਹ ਚੀਜ਼ ਫੀਲ ਹੋਣ ਡਈ ਕਿ ਜਿੱਦਾਂ ਅਸੀਂ ਨਾ ਏਸੀ ਦੇ ਅੱਗੇ ਆ ਕੇ ਬਹਿ ਗਏ ਹੁੰਦੇ ਆ ਚਲੋ ਕੋਈ ਨੀ ਆਹ ਦੇਖ ਹੀ ਲੈਣੀ ਮਾਮਾ ਇਹ ਜਾਓਗੇ ਤੇ ਫੇਰ ਹੀ ਵੀਡੀਓ ਬਣਾਵਾਂਗੇ ਇੱਕ ਵੀਡੀਓ ਨਿਕਲ ਕੇ ਬਣਾ ਕੇ ਦੇਖੋ ਇੰਨਾ ਮੰਮੀ ਉੱਥੇ ਖੜ ਕੇ ਦੇਖ ਕਿੱਡੀ ਸੋਹਣੀ ਮੇਰਾ ਤਾਂ ਲੱਕ ਪੀ ਫੋਟੋ ਦਿਖਾਉਣਾ ਜਾਂਦੀ ਐਂ ਦੀ ਨਹੀਂ ਹੋਣਾ ਇਹ ਸਿਰਫ ਵੜਨ ਦਾ ਰਸਤਾ ਨਿਕਲਣ ਦਾ ਹੋਰ ਰਸਤਾ ਤਾਂ ਹੀ ਤੇ ਟ੍ਰੇਲ ਪੂਰੀ ਵੱਡੀ ਆ ਚਲੋ ਇੱਥੇ ਆ ਕੇ ਉਹ ਫੀਲਿੰਗ ਆਉਂਦੀ ਆ ਇਹ ਉਹ ਜਗ੍ਹਾ ਹੈ ਜਹਾਂ ਪੇ ਕੋਈ ਵੀ ਸਾਪ ਜ਼ਹਿਰੀਲੇ ਸਾਪ ਹੋ ਸਕਤੇ ਹੈ ਸੂਰਜ ਛਿਪਨੇ ਸੇ ਪਹਿਲੇ ਪਹਿਲੇ ਹਮਕੋ ਇੱਕ ਸੇਫ ਟਿਕਾਣਾ ਢੂੰਢਣਾ ਹੋਗਾ ਡਿਸਕਵਰੀ ਵਾਲਾ ਨਹੀਂ ਆਉਂਦਾ ਹੁੰਦਾ ਕਲਾ ਬਾਅਦ ਚਿਰ ਹੋ ਗਿਆ ਦੇਖਿਆ ਨਹੀਂ ਭੁੱਲਿਆ ਵਿਆਹ ਕਿਵੇਂ ਜੇ ਕਹਿੰਦਾ ਹੁੰਦਾ ਮਤਲਬ ਕਿੱਦਾਂ ਜੇ ਬੋਲਦਾ ਹੁੰਦਾ ਛੋਟੇ ਹੁੰਦੇ ਹਨਾ ਉਦੋਂ ਵਹਿੰਦੇ ਹੁੰਦੇ ਸੀ ਹੁਣ ਚੇਤਾ ਨਹੀਂ ਆਉਣ ਡਿਆ ਮੈਨੂੰ ਕਿਵੇਂ ਜੇ ਕਹਿੰਦਾ ਹੁੰਦਾ ਚੱਲ ਛੱਡ ਆਪਾਂ ਇੱਥੇ ਹਾਂ ਬਸ ਇੱਥੋਂ ਸਿੱਧਾ ਪੰਜ ਤੋਂ ਹੋ ਕੇ ਛੇ ਧਿਆਰ ਨਦੀ ਕੋ ਜਾਂਦੇ ਹਾਂ ਇੱਥੋਂ ਬਾਹਰ ਨਿਕਲ ਕੇ ਆ ਉਹ ਟ੍ਰੇਨ ਵਾਲਾ ਵੇਖਾਂਗੇ ਟ੍ਰੇਨ ਲੰਘਦੀ ਵੇਖਾਂਗੇ ਕੀ ਆ ਉਪਰੋਂ
ਇਹ ਲੱਕੜ ਦੀ ਪੱਟੀ ਬਣਾਈ ਹੋਈ ਹੈ ਇਹਨਾਂ ਨੇ। ਅਸੀਂ ਥੋੜ੍ਹਾ ਜਿਹਾ ਪਿੱਛੇ ਹਾਂ ਅਤੇ ਇੱਥੋਂ ਪਾਣੀ ਡਿੱਗਦੇ ਦੀ ਆਵਾਜ਼ ਆਉਣ ਡਈ, ਤੁਹਾਨੂੰ ਨਹੀਂ ਸੁਣਦੀ ਹੁਣੀ, ਉੱਪਰੋਂ ਜਹਾਜ਼ ਲੰਘਦੇ ਦੀ ਆਵਾਜ਼ ਆਉਣ ਡਈ। ਪਿਛਲੀ ਵਾਰੀ ਮੈਨੂੰ ਚੇਤਾ ਅਸੀਂ ਇੱਥੇ ਲਾ ਕੇ ਉਦੋਂ ਅਸੀਂ ਬੂਟ ਬਾੜ ਕੇ ਪਤਾ ਚੱਪਲਾਂ ਹੀ ਪਾ ਕੇ ਆਏ ਹਾਂ, ਕੀ ਸਿਸਟਮ ਜਿਹਾ ਅਸੀਂ ਲਾ ਕੇ ਅਸੀਂ ਵਿੱਚ ਵੜੇ ਸੀ ਪਾਣੀ ਦੇ ਝੱਟ ਕੇ। ਆਈ ਆਵਾਜ਼ ਪਾਣੀ ਦੀ, ਆ ਗਿਆ ਪਾਣੀ। ਮੈਂ ਦੋ ਕਦਮ ਹੀ ਥੱਲੇ ਉਤਰਿਆ, ਕਹਿੰਦੇ ਪਿੱਛੇ ਕਿਹਨੇ ਵੇਖਿਆ ਮੈਂ ਥੱਲੇ ਉਤਰਨਾ ਜ਼ਰੂਰੀ ਹੈ। ਚੇਤਾ ਪਿਛਲੇ ਦੀ ਇੱਥੇ ਅਸੀਂ ਕਾਫੀ ਟਾਈਮ ਬੈਠੇ ਰਹੇ, ਜਿੰਨਾ ਚਿਰ ਸਾਨੂੰ ਮੱਛਰ ਨਹੀਂ ਤੋੜ ਤੋੜ ਕੇ ਖਾਧਾ ਉਹਨਾਂ ਚਿਰ ਅਸੀਂ ਹਿੱਲੇ ਨਹੀਂ ਇੱਥੇ। ਖੂਨ ਕਰਕੇ ਆਇਆ ਦੇਖੋ ਲੱਗਦਾ ਨਾ, ਪੈਰ ਰੱਖ ਕੇ ਬਹਿ ਗਈ। ਇਹ ਪਤਾ ਨੀ ਠੰਡੇ ਪਾਣੀ ਦੇ ਵਿੱਚ ਪੈਰ ਰੱਖਣਾ ਨਾ 5-10 ਮਿੰਟ ਬੜਾ ਮਾਇੰਡ ਰਿਲੈਕਸ ਜਿਹਾ ਹੁੰਦਾ, ਮਨ ਸ਼ਾਂਤ ਜਿਹਾ ਹੁੰਦਾ। ਦੇਖਦੇ ਜੁੱਤੀਆਂ ਆਣੀਆਂ ਮੰਮੀ ਤੋਂ, ਉੱਥੋਂ ਬੈਠੀ ਚੱਪਲਾਂ ਪਾਉਣ ਡਈ, ਮੈਂ ਜੇ ਰੁੜ ਗਈਆਂ ਤਾਂ ਵੇਖ ਲਾ ਮੈਂ ਚੱਕ ਕੇ ਨਹੀਂ ਲਿਆਉਣੀਆਂ, ਨੰਗੇ ਪੈਰੀ ਹੋਈ ਜਾਊਂਗੀ ਘਰ। ਰੋਕ ਅਗਲੀ ਸਾਈਡ ਹੁੰਦੇ ਮੈਨੂੰ ਇੱਧਰ ਚੱਲ, ਜਾ ਕੇ ਮੰਮੀ ਦੀਆਂ ਗਾਲਾਂ ਲੈ। ਛੱਤਰ ਮਾਰ ਦੋ ਇਹਨੂੰ ਮੰਮੀ। ਲੱਕੜ ਦੇ ਪੁਲ ਤੇ ਇੱਕ ਟਾਈਮ ਤੇ ਤਿੰਨ ਬੰਦੇ ਨਹੀਂ ਚੜ ਸਕਦੇ, ਕਹਿੰਦੇ ਟੁੱਟ ਸਕਦਾ, ਕਹਿੰਦੇ ਟੁੱਟ ਸਕਦਾ। ਰੋਕ ਜਾ ਵੀਡੀਓ ਬਣਾਉਣਾ, ਆਹ ਦੇਖ ਕਿੱਡਾ ਸੋਹਣਾ, ਆਹ ਦੇਖ, ਆਹ ਦੇਖ ਮੰਮੀ ਜਿੱਦਾਂ ਗੁਫਾ ਬਣੀ ਹੁੰਦੀ ਅੰਦਰ। ਇਹ ਕੀ ਚੀਜ਼ ਆ ਲਿਖਿਆ ਹੁਣ, ਪਿਛਲੇ ਦੀ ਵੀ ਵੈਸੇ ਤਾਂ ਅਸੀਂ ਵੇਖਿਆ ਹੈ ਕਿ ਕੀ ਆ, ਪਰ ਚੇਤਾ ਨਹੀਂ ਆਉਣ ਡਿਆ, ਮੈਨੂੰ ਤਾਂ ਆਪ ਨਹੀਂ ਪਤਾ। ਕੋਈ ਚਿਮਨੀ ਚੁਮਨੀ ਕੋਈ ਲੱਗਦਾ ਬਣਾਇਆ, ਆਹ ਉੱਤੋਂ ਧੂੰਆਂ ਨਿਕਲਵਾ ਥੱਲੇ ਅੱਗ ਉੱਗ ਕੋਈ ਹੋਊਗੀ, ਕੋਈ ਭੱਠੇ ਟਾਈਪ ਕੁਛ। ਕਿੰਨਾ ਨੇ ਅੱਗ ਤਾਂ ਬਾਲਦੇ ਸੀ, ਅੱਗ ਬਾਲ ਕੇ ਕਰਦੇ ਕੀ ਵੱਡੀ ਸਿਆਣੀ ਹੈ। ਚਲ ਮੰਮੀ ਖਲੋਵੋ, ਆ ਗਈ ਫਾਈਨਲ ਖੁੱਡ ਜੀ। ਬਾਲੀ ਅੰਗਰੇਜ਼ੀ ਮੈਨੂੰ ਆਉਂਦੀ ਨੀ, ਤੁਸੀਂ ਆਪੇ ਪੜ੍ਹ ਲਿਓ। ਪਿੰਜਰਾ ਲੱਗਾ ਆ, ਬਾਂਦਰ ਕੁਛ ਨੀ ਹੁੰਦਾ ਆਪਾਂ ਨੂੰ। ਸਲਾ ਹੈ ਇੱਥੇ ਕੁਛ ਨੀ, ਬਾਕੀ ਵੇਖ ਕੇ ਡਰ ਜਿਹਾ ਲੱਗਾ ਲੱਗਦਾ ਕਿਤੇ ਭੂਤੀਆ ਜਿਹਾ ਜਾ ਕੇ। ਟ੍ਰੇਨ ਵਾਲਾ ਪੋਲ
ਪਿਛਲੀ ਵਾਰੀ ਇੱਥੋਂ ਟ੍ਰੇਨ ਲੰਘਦੀ ਸੀ, ਬੜੀ ਵਧੀਆ ਲੱਗੀ। ਉੱਧਰੋਂ ਹੀ ਇੱਥੇ ਆ ਕੇ ਖਲੋਤੀ, ਉੱਧਰੋਂ ਆ ਗਈ ਟ੍ਰੇਨ, ਪੁਰਾਣੀ ਜਿਹੀ ਟ੍ਰੇਨ 'ਤੇ ਐਂ ਪੁਰਾਣੇ ਜਿਹੇ ਟਾਈਮ 'ਚ ਖੜ੍ਹੇ ਹਾਂ ਜਿਵੇਂ ਗੋਰਿਆਂ ਦੀ ਪੁਰਾਣੀ ਜਿਹੀ। ਅੱਜ ਨਹੀਂ ਆਉਣੀ ਕੋਈ ਵੀ, ਲਮਕ ਲਮਕ ਵੇਖਣ ਡੇ। ਨਹੀਂ ਨਹੀਂ ਸੜਕ ਵਾਲੀ ਥੋੜ੍ਹੀ ਆ, ਜਿਹੜੀ ਟ੍ਰੇਨ ਹੁੰਦੀ ਉਹ ਆ, ਜਿਹੜੇ ਸੜਕ ਵਾਲੇ ਬੋਰਡ ਲੱਗੇ ਹੁੰਦੇ ਸੀ ਨਾ, ਇੱਥੇ ਵੀ ਉਹ ਲੱਗਾ ਹੋਇਆ ਮਤਲਬ ਪੁਰਾਣੇ ਜ਼ਮਾਨੇ ਵਾਲਾ, ਡਾਊਨ ਟਾਊਨ ਨੌਰਥ ਵੈਸਟ ਲਾਈਮ ਹਾਊਸ। ਆਪਣੇ ਪੰਜਾਬ ਪਹਿਲਾਂ ਨਹੀਂ ਐਂਟੀਨੇ ਹੁੰਦੇ ਹੁੰਦੇ, ਸ਼ਕਤੀਮਾਨ ਵੇਖ ਜਾਂਦਾ ਲਾ ਲਾ ਕੇ, ਇੱਕ ਇੰਨੇ ਥੱਲੇ ਖਲੋਤਣਾ, ਇੱਕ ਇੰਨੇ ਉੱਤੇ ਉਹਨੂੰ ਡੰਡੇ ਨੂੰ ਫੜ ਕੇ ਐਂ ਲਾਉਣਾ, ਕਿੱਧਰ ਰੇਂਜ ਫੜਦਾ, ਉਵੇਂ ਲੱਗਾ ਹੋਇਆ ਇੱਥੇ ਵੀ ਇਹਦੇ। ਫਾਈਨਲੀ 2 ਘੰਟਿਆਂ ਬਾਅਦ ਤੁਰ ਫਿਰ ਕੇ ਅਸੀਂ ਬਾਹਰ ਨਿਕਲਾਂ ਹੈ ਉੱਥੋਂ, ਤਸੱਲੀਆਂ ਹੋ ਗਈਆਂ ਪੂਰੀਆਂ। ਕਿੱਧਰ ਮੰਮੀ ਨੂੰ ਸੇਬਾਂ ਦੀ ਪਈ ਆਵਾਜ਼, ਆ ਘਰੇ ਬਥੇਰੇ ਸੇਬ ਪਏ ਨੇ। ਸਾਹਮਣੇ ਬੋਰਡ ਲੱਗਾ ਦੇਸ਼ ਗਿਆ, ਉੱਤੇ ਲਿਖਿਆ ਫਰੈਸ਼ ਸਮੋਸਾ। ਚਲੋ ਟਰਾਈ ਕਰਕੇ ਵਿਹਨੇ ਜੇ ਹੋਏ, ਬਾਕੀ ਤਾਜ਼ੇ ਇਹ ਤਾਂ ਪੱਕਾ ਸਮੋਸੇ ਇੱਥੋਂ ਮਿਲਣਗੇ। ਪਤਾ ਨੀ ਗੈਸ ਸਟੇਸ਼ਨ ਤੇ ਵਾਕਈ ਫਰੈਸ਼ ਸਮੋਸੇ ਮਿਲਣਗੇ ਕਿ ਵੈਸੇ ਲਿਖਿਆ ਆ, ਖਤਮ ਕਹਿੰਦੇ ਸਵੇਰੇ ਆਉਣਗੇ। ਹੁਣ ਤੱਕ ਹੋਰ ਵੀ ਕੁਛ ਨੀ ਹੈਗਾ, ਉਹ ਟੋਫੀਆਂ ਟੂਫੀਆਂ ਨੀ, ਤੂੰ ਟੋਫੀਆਂ ਟੂਫੀਆਂ ਤਾਂ ਨਹੀਂ ਜਾਂਦੀ, ਕੁਛ ਹੋਰ ਤਾਂ ਨੀ ਵੇਖਣ। ਕਹਿੰਦੇ ਉੱਥੇ ਗਰਾਰੀ ਅੜ ਗਈ ਸਮੋਸਿਆਂ ਦੀ, ਫਰੈਸ਼ ਸਮੋਸੇ, ਤੇ ਫਿਰ ਕਹਿੰਦੇ ਕਿ ਨਾ ਅੱਜ ਤਾਂ ਫਰੈਸ਼ ਸਮੋਸੇ ਖਾ ਕੇ ਹੀ ਜਾਣੇ, ਹੋਰ ਨੀ ਕਿ ਉੱਥੇ ਜ਼ਿਆਦਾ ਦਿਸਦੇ ਨੇ। ਨਾਲ ਦੇ ਸੀਗੇ ਉਹਦੀਆਂ ਜਲੇਬੀਆਂ ਕਹਿੰਦੇ ਨੇ, ਲਾਜਵਾਬ ਸਮੋਸੇ ਕਿਹੜਾ ਮਾੜੇ ਹੁੰਦੇ, ਚਟਨੀ ਵਾਲੀ ਐਂਡ ਇਹਨੇ ਨਾ ਖੱਟੀ ਤੇ ਹਰੀ ਦੋਵੇਂ ਮਿਕਸ ਕੀਤੀਆਂ ਹੁੰਦੀਆਂ ਕਿਸੇ ਤਰੀਕੇ ਨਾਲ। ਗਾਈਸ ਨੈਕਸਟ ਵੀਡੀਓ ਕਮਿੰਗ ਸੂਨ। ਉਹ ਕੀ ਕਹਿੰਦੇ ਹੁੰਦੇ, ਕੀ ਚੱਲ ਰਿਹਾ, ਕੀ ਚੱਲ ਰਿਹਾ ਆਹ ਆਪਣਾ ਸ਼ੂਟ, ਸ਼ੂਟ ਚੱਲਦਾ ਪਿਆ, ਉਹ ਤੱਕ ਪੈ ਜਾਣੀ, ਪਰ ਇਹਦੇ 'ਚ ਫਿਰ ਵੀ ਅਟੈਚ ਕਰਾਂਗੀ ਕਿਉਂਕਿ ਅੱਧੀ ਆਡੀਅੰਸ ਜਿਹੜੀ ਆਪਣੇ ਨਾਲ ਇੰਸਟਾ 'ਤੇ ਨਹੀਂ ਜੁੜੀ ਹੋਈ ਉਹ ਇਹਦੇ 'ਚ ਵੇਖਣਗੇ। ਅਤੇ ਮੇਕ ਸ਼ੋਰ ਆਪਾਂ ਨੂੰ ਇੰਸਟਾਗ੍ਰਾਮ 'ਤੇ ਜ਼ਰੂਰ ਫੋਲੋ ਕਰ ਲਿਓ ਨਵ ਹੈਪੀ ਬੁਲਰ। ਚਲੋ ਠੀਕ ਹੈ, ਇੱਥੇ ਆਪਾਂ ਅੱਜ ਦੇ ਵਲੌਗ ਦਾ ਕਰਦੇ ਐਂਡ, ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਬਾਈ ਜਲਦੀ ਜਲਦੀ, ਅਤੇ ਅਸੀਂ ਕੁਛ ਨਵਾਂ ਲੈ ਕੇ ਆਉਣ ਬਾਰੇ ਸੋਚ ਰਹੇ ਹਾਂ ਯੂਟਿਊਬ 'ਤੇ ਵੀ, ਸੋ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ, ਮਿਲਦੇ ਹਾਂ ਆਪਾਂ ਕਿਸੇ ਨਵੇਂ ਵਲੌਗ 'ਚ। ਸਤਿ ਸ਼੍ਰੀ ਅਕਾਲ। ਕਿਆ ਵੀਡੀਓ ਨਹੀਂ ਪਾਉਣੀ ਵਿੱਚ ਆਪਾਂ? ਹਾਂ ਜੀ ਪਾਵਾਂਗੇ, ਨਹੀਂ ਇੰਸਟਾਗ੍ਰਾਮ 'ਤੇ ਆ ਕੇ ਵੀਡੀਓ ਵੇਖੋ ਤੁਸੀਂ, ਇੰਸਟਾਗ੍ਰਾਮ ਨਾਮ ਹੈਪੀ ਬੁੱਲਰ। ਓਕੇ ਓਕੇ ਲੱਗੇ ਤੁਰ ਜਾ ਪਹਿਲਾਂ।